ਦੇਖੋ ਦੋਸਤੋ, ਜਿਹੜੇ ਵੀ ਕੈਂਡੀਡੇਟ ਨੇ ਪੰਜਾਬ ਜੇਲ੍ਹ ਵਾਰਡਰ ਅਤੇ ਮੈਟਰੋਨ ਦਾ ਐਗਜ਼ਾਮ ਦਿੱਤਾ ਸੀ, ਉਹਨਾਂ ਦੇ ਜਿਹੜੇ ਮਾਰਕਸ ਬਣੇ ਨੇ ਆਫਟਰ ਨੋਰਮਲਾਈਜੇਸ਼ਨ ਤੋਂ ਬਾਅਦ, ਉਹ ਲਿਸਟ ਇਹਨਾਂ ਨੇ ਜਾਰੀ ਕਰ ਦਿੱਤੀ ਗਈ ਹੈ। ਅਤੇ ਇਹ ਕਿਵੇਂ ਡਾਊਨਲੋਡ ਕਰਨੀ ਹੈ ਤੁਸੀਂ, ਅਤੇ ਕਿਵੇਂ ਆਪਣੇ ਮਾਰਕਸ ਚੈੱਕ ਕਰ ਸਕਦੇ ਹੋ, ਉਹ ਵੀ ਤੁਹਾਨੂੰ ਦੱਸ ਦੇਣਾ। ਪਰ ਉਸ ਤੋਂ ਪਹਿਲਾਂ ਹੁਣ ਤੁਸੀਂ ਐਗਜ਼ਾਮ ਵਿੱਚ ਪਾਸ ਵੀ ਹੋ ਗਏ, ਅਤੇ ਹੁਣ ਕੀ ਹੈ ਤੁਹਾਡੀ ਫਿਜ਼ੀਕਲ ਟੈਸਟ ਦੀ ਵਾਰੀ ਹੈ। ਉਸ ਲਈ ਕੀ ਹੈ, ਰੋਪ ਕਲਾਈਮਿੰਗ ਹੈ ਅਤੇ ਗੋਲਾ ਸੁੱਟਣਾ ਮੇਨ, ਜਿਹੜਾ ਇਸਦਾ ਫਿਜ਼ੀਕਲ ਦੀ ਫਿਟਨੈਸ ਟੈਸਟ ਦਾ ਜਿਹੜਾ ਮੇਨ ਰੀਜ਼ਨ ਹੈ ਉਹ ਰੋਪ ਕਲਾਈਮਿੰਗ ਹੈ ਅਤੇ ਗੋਲਾ ਸੁੱਟਣ ਦੀ ਆ। ਹੁਣ ਕਾਫੀ ਕੈਂਡੀਡੇਟ ਮੈਨੂੰ ਕਹਿ ਰਹੇ ਕਿ ਸਰ ਸਾਡੀ ਪ੍ਰੈਕਟਿਸ ਨਹੀਂ ਹੋ ਰਹੀ, ਰੋਪ ਕਲਾਈਮਿੰਗ ਦੀ ਪ੍ਰੈਕਟਿਸ ਨਹੀਂ ਹੋ ਰਹੀ, ਗੋਲਾ ਸੁੱਟਣ ਦੀ ਨਹੀਂ ਹੋ ਰਹੀ। ਉਹਨਾਂ ਕੈਂਡੀਡੇਟਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਹਾਲੇ ਵੀ ਤੁਹਾਡੇ ਕੋਲ ਮਹੀਨਾ ਡੇਢ ਮਹੀਨਾ ਹੈ, ਕਿਉਂਕਿ ਮਹੀਨਾ ਡੇਢ ਮਹੀਨਾ ਬਾਅਦ ਹੀ ਜਿਹੜਾ ਕਿ ਤੁਹਾਡਾ ਫਿਜ਼ੀਕਲ ਫਿਟਨੈਸ ਟੈਸਟ ਵਾਸਤੇ ਬੁਲਾਇਆ ਜਾਵੇਗਾ। ਮੈਂ ਲਿੰਕ ਜਿਹੜੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤੇ ਨੇ, ਲਿੰਕ 'ਤੇ ਕਲਿੱਕ ਕਰੋ, ਐਮਾਜ਼ੋਨ 'ਤੇ ਜਾਓ, ਉੱਥੋਂ ਤੁਸੀਂ ਰੋਪ ਵੀ ਆਰਡਰ ਕਰ ਸਕਦੇ ਹੋ ਅਤੇ ਗੋਲਾ ਵੀ ਆਰਡਰ ਕਰ ਸਕਦੇ ਹੋ। ਦੋ ਚਾਰ ਮਿਲ ਕੇ ਜੇ ਥੋੜ੍ਹੇ ਥੋੜ੍ਹੇ ਪੈਸੇ ਤੁਸੀਂ ਪਾ ਲਓਗੇ ਤਾਂ ਇਕੱਠਾ ਇੱਕ ਰੋਪ ਮੰਗਾ ਲਓ, ਕਿਤੇ ਵੀ ਟੰਗ ਕੇ ਉਸ 'ਤੇ ਪ੍ਰੈਕਟਿਸ ਲਗਾ ਸਕਦੇ ਹੋ, ਅਤੇ ਦੋ ਚਾਰ ਜਣੇ ਹੀ ਕੈਂਡੀਡੇਟ ਤੁਸੀਂ ਮਿਲ ਕੇ ਆਪਸ ਵਿੱਚ ਪੈਸੇ ਇਕੱਠੇ ਕਰਕੇ ਗੋਲਾ ਮੰਗਾ ਲਓ ਅਤੇ ਆਪਣੀ ਤਿਆਰੀ ਨੂੰ ਪਰਫੈਕਟ ਕਰ ਸਕਦੇ ਹੋ। ਬਾਕੀ ਮੈਂ ਤਾਂ ਤੁਹਾਨੂੰ ਇਹੀ ਰਾਏ ਦੇ ਸਕਦਾ ਕਿ ਤੁਸੀਂ ਆਪਦਾ ਗੋਲਾ ਮੰਗਾ ਲਓ, ਆਪਦੀ ਜਿਹੜੀ ਰੋਪ ਮੰਗਾ ਲਓ ਅਤੇ ਪ੍ਰੈਕਟਿਸ ਲਗਾ ਲਓ। ਇਸ ਤੋਂ ਬਾਅਦ ਇਹ ਜਿਹੜੀ PDF ਫਾਈਲ ਤੁਸੀਂ ਡਾਊਨਲੋਡ ਕਰਨੀ, ਸਭ ਤੋਂ ਪਹਿਲਾਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ 'ਤੇ ਆਉਣਾ, ਇਸਦਾ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ। ਇੱਥੇ ਹੁਣ ਤੁਸੀਂ ਕਲਿੱਕ ਕਰਨਾ, ਕਲਿੱਕ ਹੈਵ ਟੂ ਵਿਊ ਯੂਅਰ ਮਾਰਕਸ, ਕਲਿੱਕ ਕਰਾਂਗੇ ਤਾਂ ਇਸ ਤਰ੍ਹਾਂ ਦੀ PDF ਫਾਈਲ ਆਪਣੇ ਸਾਹਮਣੇ ਓਪਨ ਹੋ ਜਾਵੇਗੀ। ਇਸ ਵਿੱਚ ਤੁਸੀਂ ਰੋਲ ਨੰਬਰ ਵਾਈਜ਼ ਆਪਣਾ ਜਿਹੜੇ ਵੀ ਤੁਹਾਡੇ ਨੋਰਮਲਾਈਜੇਸ਼ਨ ਤੋਂ ਬਾਅਦ ਮਾਰਕਸ ਬਣੇ ਨੇ ਉਹ ਚੈੱਕ ਕਰ ਸਕਦੇ ਹੋ। ਇੱਥੇ ਦੇਖ ਸਕਦੇ ਹੋ ਇਹ ਰੋਲ ਨੰਬਰ ਹੈ, ਇਹ ਕੈਂਡੀਡੇਟ ਦਾ ਨਾਮ ਹੈ ਅਤੇ ਇਹ ਉਹਨਾਂ ਦਾ ਫਾਦਰ ਦਾ ਨੇਮ ਹੈ, ਅਤੇ ਬਾਕੀ ਸਾਰੇ ਇੱਧਰ ਮਾਰਕਸ ਅਤੇ ਆਊਟ ਆਫ ਮਾਰਕਸ ਦੀ ਪੂਰੀ ਡਿਟੇਲ ਤੁਹਾਨੂੰ ਇਸ ਵਿੱਚ ਮਿਲ ਜਾਵੇਗੀ। ਓਕੇ ਦੋਸਤੋ, ਚੈੱਕ ਕਰ ਲਓ ਆਪਣੇ ਮਾਰਕਸ ਇੱਕ ਵਾਰੀ, ਰੋਲ ਨੰਬਰ ਵਾਈਜ਼ ਸਾਰਿਆਂ ਦਿੱਤੇ ਹੋਏ ਨੇ। ਐਂਡ 'ਚ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਇਹ ਮੇਰਾ ਇੰਸਟਾਗ੍ਰਾਮ ਆਈਡੀ ਨੰਬਰ ਹੈ, ਇਸ 'ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ।